ਅਜਨਾਲਾ ਰੋਡ ਦੇ ਪਿੰਡ ਭੱਲਾ ਦਾ ਮਾਮਲਾ। ਪਿੰਡ ਵਿੱਚ ਚਿੱਟਾ ਸਮੈਕ ਨਸ਼ਾ ਵਿਕਣ ਕਰਕੇ ਦੋ ਧੜਿਆਂ ਵਿੱਚ ਹੋਈ ਲੜਾਈ, ਦੋਹਾਂ ਪਰਿਵਾਰਕ ਮੈਂਬਰਾਂ ਨੂੰ ਵੱਜੀਆਂ ਸੱਟਾਂ। ਪਿੰਡ ਵਾਸੀਆਂ ਨੇ ਪੁਲਿਸ ਨੂੰ ਲਗਾਈ ਗੁਹਾਰ, ਪਿੰਡ ਵਿੱਚ ਵਿਕਦਾ ਹੈ ਬੇਹੱਦ ਨਸ਼ਾ, ਨਸ਼ੇ ਦੇ ਵਿਕਣ ਤੇ ਲਗਾਈ ਜਾਵੇ ਰੋਕ। ਹਰਦੀਪ ਕੌਰ, ਕੀ ਮਾਮਲਾ ਦਰਾਂ? ਇਹ ਮੇਰਾ ਭਰਾ ਨਾ ਸਮੈਕ ਪੀਂਦਾ ਸੀ ਅਤੇ ਜਿਹੜਾ ਉਹ ਮੁੰਡਾ ਉਹ ਵੇਚਦਾ ਸੀ ਅਤੇ ਮੇਰਾ ਫੋਨ ਗਹਿਣੇ ਪਾ ਦਿੱਤਾ ਮੇਰੇ ਭਰਾ ਨੇ, ਅਤੇ ਇਸੇ ਗੱਲੋਂ ਇਹਨੇ ਪੈਸੇ ਦੇ ਦਿੱਤੇ ਸੀਗੇ, ਅਤੇ ਬਾਅਦ ਵਿੱਚ ਉਹਨੇ ਫੋਨ ਦਿੰਦਾ ਨਹੀਂ ਸੀ ਅਤੇ ਇਹਨੂੰ ਮੈਂ ਕਿਹਾ ਵੀ ਮੇਰਾ ਫੋਨ ਲੈ ਕੇ ਆ, ਅਤੇ ਇਹਨੇ ਕਿਤੇ ਫੋਨ ਖੋਲਿਆ ਅਤੇ ਸਾਨੂੰ ਪਤਾ ਨਹੀਂ ਵੀ ਇਹਨਾਂ ਨੇ ਸਾਡੇ ਨਾਲ ਲੜਨਾ, ਅਸੀਂ ਘਰ ਬੈਠੇ ਰੋਟੀ ਰੋਟੀ ਖਾਣ ਡੇ ਰਾਤ ਨੂੰ ਅਤੇ ਸਾਡੇ ਘਰ ਆ ਕੇ ਇੱਦਾਂ ਗੱਲ ਪੈ ਗਈ ਅਤੇ ਮੇਰੇ ਆ ਸੱਟ ਲੱਗ ਗਈ ਇੱਦਾਂ। ਆਹ ਵੇਖੋ, ਮੇਰੇ ਸ਼ਿਵੀ ਜਿਹੜਾ ਮੁੰਡਾ ਉਹਨੇ ਬੇਸਬੋਲ ਮਾਰਿਆ ਸਿਰ 'ਚ ਮੇਰੀ ਮੰਮੀ ਨੂੰ। ਇਹ 19 ਤਰੀਕ ਦੀ ਗੱਲ, ਰਾਤ 9:30 ਦੀ ਗੱਲ ਜੀ। ਖਤਰਾ ਹੀ ਆ ਸਾਨੂੰ, ਮੈਂ ਕਾਲਜ ਜਾਂਦੀ, ਮੈਂ ਪੜ੍ਹਦੀ ਹਾਂ, ਮੈਂ ਉਦਣ ਦੀ ਕਾਲਜ ਵੀ ਨਹੀਂ ਗਈ, ਮੈਨੂੰ ਮਹੀਨਾ ਹੋ ਗਿਆ, ਮੈਂ ਘਰ ਬੈਠੀ ਇੱਦਾਂ ਹੀ। ਧਮਕੀਆਂ? ਹਾਂਜੀ, ਕੀਤੀ ਜੇ ਉਹ ਕਹਿੰਦੇ ਆ ਵੀ ਇੱਕੋ ਜਿਹਾ ਆਇਆ ਵਾ, 23-24 ਆ, ਅਤੇ ਕੋਈ ਕੁਛ ਨਹੀਂ ਹੋਣਾ ਤੁਹਾਡਾ, ਇਹ ਫੈਸਲਾ ਕਰੋ ਆ ਕੇ ਬਹਿ ਕੇ, ਨਾ ਤੁਹਾਨੂੰ ਕੁਛ ਦੇਣਾ ਆ ਖਰਚਾ, ਸਾਡੇ ਇੰਨੇ ਹੋਸਪਿਟਲ 'ਚ ਪੈਸੇ ਲੱਗੇ ਗੁਰੂ ਨਾਨਕ ਦੇਵ ਹੋਸਪਿਟਲ 'ਚ, ਅਤੇ ਫਿਰ ਅਸੀਂ ਹੁਣ ਕਰ ਨਹੀਂ ਸਕਦੇ, ਅਤੇ ਹੁਣ ਉਹ ਕਹਿੰਦੇ ਵੀ ਆ ਕੇ ਫੈਸਲਾ ਕਰੋ, ਇੱਦਾਂ ਹੀ ਬਸ ਕਹੀ ਜਾਂਦੇ ਸਾਨੂੰ ਸਾਰੇ। ਮੰਗ ਇਨਸਾਫ ਸਾਨੂੰ ਚਾਹੀਦਾ ਵਾ, ਪੂਰਾ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ। ਮੇਰਾ ਨਾਮ ਗੁਰਜੀਤ ਕੌਰ ਆ। ਮਾਮਲਾ ਇਹ ਇਹਨਾਂ ਦੇ ਨਵੈਲ ਦੀ ਗੱਲ ਸੀ ਜੇ, ਅਤੇ ਉਹ ਅਸੀਂ ਲੜਕੇ ਕੋਲ ਆਪਣੀ ਬੇਟੀ ਦੀ ਸਿਮ ਲੈਣ ਗਿਆ ਸੀ, ਅਤੇ ਮੇਰਾ ਬੇਟਾ ਵੀ ਥੋੜ੍ਹਾ ਗਲਤ ਹੋਇਆ, ਸਮੈਕ ਪੀਂਦਾ ਪਿਆ, ਅਤੇ ਉਹ ਮੁੰਡਾ ਵੇਚਦਾ, ਅਤੇ ਉੱਥੋਂ ਆਪਾਂ ਸਿਮ ਲੈ ਆਉਂਦੀ ਅਤੇ ਉਹ ਸਾਡੇ ਘਰ ਆ ਕੇ ਗਲ ਪੈ ਗਏ ਆ। ਪਹਿਲਾਂ ਦਰਵਾਜ਼ਾ ਦਰੂਜਾ ਸਾਡਾ ਕੇ ਇੱਕ ਦਿਨ ਪਹਿਲਾਂ ਵੀ ਇਹਨਾਂ ਨੇ ਭੰਨਿਆ ਸੀ, ਦੂਸਰੀ ਵਾਰ ਫਿਰ ਉੱਧਰ ਮੇਰੀ ਸੱਸ ਇਕੱਲੀ ਘਰ ਸੀ ਅਤੇ ਮੈਂ ਗਈ ਸੀ ਮੈਡੀਸਨ ਤੋਂ ਦਵਾਈ ਲੈਣ ਗਈ ਸੀ, ਵੈਸੇ ਆ ਠੀਕ ਨਹੀਂ ਤਬੀਅਤ, ਅਤੇ ਉਹ ਬਾਅਦ ਵਿੱਚ ਉੱਦਣ ਆਏ ਅਤੇ ਉੱਧਰ ਆਪਾਂ ਮਿਲੇ ਨਾ ਦਵਾਈ ਲੈਣ ਗਿਆ ਸੀ। ਉਸ ਤੋਂ ਬਾਅਦ ਫਿਰ ਇਹ ਸਾਡੇ ਘਰ ਆ ਗਏ ਆ, ਅਤੇ ਆਪਾਂ ਇੱਥੇ ਰੋਟੀ ਪਾਣੀ ਖਾਣ ਡਿਆ, 9:30 ਦਾ ਟਾਈਮ ਸੀ, ਅਤੇ ਸਾਨੂੰ ਇੱਥੋਂ ਉਹਨਾਂ ਨੇ ਲਲਕਾਰੇ ਮਾਰ ਮਾਰ ਕੇ ਬਾਹਰੋਂ ਖਿੱਚ ਧੂ ਕੇ ਖੜਿਆ, ਨਾਲੇ ਮੇਰੀ ਬੇਟੀ ਦੇ ਬੈਸ ਬੋਲ ਮਾਰ ਦਿੱਤਾ, ਅਤੇ ਨਾਲੇ ਮੇਰੇ ਵਾਲਾਂ ਤੋਂ ਫੜ ਕੇ ਧੂ ਕੇ, ਅਤੇ ਮੈਨੂੰ ਇਹਨਾਂ ਨੇ ਉਹ ਬਾਜ਼ਾਰ ਵਿੱਚ ਲੈ ਗਏ ਆ, ਅਤੇ ਉਹ ਬੇੜੇ ਜਿਹੜਾ ਉਹਨਾਂ ਦਾ ਮੁੰਡਾ, ਉਹਨਾਂ ਨਾਲ ਸ਼ਿਵੀ ਆ, ਸ਼ਿਵੀ ਦੇ ਪਿਓ ਨੇ ਮੇਰੇ ਵਾਲਾਂ ਤੋਂ ਫੜਿਆ, ਅਤੇ ਮੈਨੂੰ ਖਿੱਚ ਧੂ ਕੇ ਅਤੇ ਉਹਨਾਂ ਦੇ ਘਰਾਂ ਗੇਟ ਤੱਕ ਬਾਹਰ ਤੱਕ ਲੈ ਕੇ ਗਿਆ, ਸਾਡੇ ਇੰਨਾ ਮਾੜਾ ਹਾਲ ਕੀਤਾ ਜਿਹੜਾ ਕੋਈ ਹਿਸਾਬ ਨਹੀਂ। ਮੇਰੇ ਸੱਸ ਦੀ ਚੂਲੇ ਦੀ ਹੱਡੀ ਕਰੈਕ ਹੋ ਚੁੱਕੀ ਆ, ਅਤੇ ਉਹਨਾਂ ਕੋਲ ਤੁਰਿਆ ਫਿਰਿਆ ਵੀ ਨਹੀਂ ਗਾ ਜਾਣ ਡਿਆ, ਅਤੇ ਉਹਨਾਂ ਨੇ ਵੀ ਬਸ ਮੰਜੀ 'ਤੇ ਹੀ ਆ, ਅਤੇ ਸਾਡੀ ਇਹੋ ਹੀ ਆ ਵੀ ਸਾਡੀ ਕੋਈ ਸੁਣਵਾਈ ਕੀਤੀ ਜਾਵੇ, ਵੀ ਅਸੀਂ ਗਰੀਬ ਘਰੋਂ ਹਾਂ, ਅਤੇ ਸਾਨੂੰ ਵੀ ਮਤਲਬ ਇਨਸਾਫ ਚਾਹੀਦਾ ਜੇ। ਨਹੀਂ ਨਹੀਂ ਜੀ, ਪੁਰਾਣੀ ਨਹੀਂ ਸਾਡੀ ਕੋਈ ਉਹਨਾਂ ਦੇ ਨਾਲ ਹੈਗੀ, ਬਸ ਇਹੋ ਹੀ ਵੀ ਇਹੋ ਹੀ ਉਹਨਾਂ ਦਾ ਮੁੰਡੇ ਨੇ ਸਮੈਕ ਵੇਚਦਾ ਸੀ, ਅਤੇ ਮੇਰਾ ਮੁੰਡਾ ਵੀ ਇਹਨਾਂ ਕੋਲ ਮੋਬਾਈਲ ਗਿਆ ਨਹੀਂ ਪਾਇਆ ਸੀ ਜੀ, ਅਤੇ ਇਹਨੇ ਆਪਣਾ ਮੋਬਾਈਲ ਖੋਲਿਆ, ਬਸ ਇਸੇ ਗੱਲ ਤੋਂ ਝਗੜਾ ਹੋ ਗਿਆ, ਸਾਡੇ ਘਰ ਦੀ ਤੋੜ ਭੰਨ ਇਹਨਾਂ ਨੇ ਕਰ ਦਿੱਤੀ, ਕੂਲਰ ਕਲਰ ਤੋੜਿਆ ਸੀ, ਰੋਟੀ ਖਾਣ ਡਿਆ ਸੀ, 9:30 ਦਾ ਟਾਈਮ ਸੀ ਜੀ, ਅਤੇ ਬਸ ਸਾਨੂੰ ਖਿੱਚ ਖਿੱਚ ਕੇ ਧੂ ਧੂ ਕੇ ਖੜਿਆ, ਬਹੁਤ ਮੰਦੀ ਹਾਲਾਤ ਕੀਤੀ ਸਾਡੀ। ਹਾਂਜੀ, ਅੱਗੇ ਵੀ ਸਾਨੂੰ ਇਸ ਵੀ ਸਾਡੇ ਘਰ ਵਿੱਚ ਕੋਈ ਬੰਦਾ ਨਹੀਂ ਹੈਗਾ, ਸਾਨੂੰ ਖਤਰਾ ਹੀ ਖਤਰਾ ਇਹਨਾਂ ਦਾ। ਮੰਗ ਇਹ ਕਰ ਕਿ ਸਾਨੂੰ ਕਾਰਵਾਈ ਕੀਤੀ ਜਾਵੇ। ਭੱਲੇ ਪਿੰਡ ਦਾ ਝਗੜਾ ਹੋਇਆ ਆ, ਦੋ ਧਿਰਾਂ ਵੱਲੋਂ ਸਾਨੂੰ ਦਰਖਾਸਤਾਂ ਆਈਆਂ ਨੇ, ਅਤੇ ਇੱਕ ਪਾਸੇ 'ਤੇ ਲੜਕੀ ਦਾਖਲ ਆ, ਇੱਕ MLRA ਦੀ ਆ, ਅਤੇ ਇੱਕ MLR ਇਹਨਾਂ ਦੇ ਨਾਲ ਹੋਰ ਆ, ਅਤੇ ਦੂਸਰੀ ਪਾਰਟੀ ਵੱਲੋਂ ਵੀ ਦੋ MLR ਸਾਡੇ ਕੋਲ ਆਈਆਂ ਨੇ, ਅਤੇ ਇਹਨਾਂ ਨੂੰ ਅਸੀਂ ਕਾਰਵਾਈ ਕਰਨ ਸੰਬੰਧੀ ਵਾਰ ਵਾਰ ਇਹਨਾਂ ਨੂੰ ਮੁਲਾਜ਼ਮ ਭੇਜਦੇ ਰਹੇ ਹਾਂ, ਪਰ ਸਾਡੇ ਕੋਲ ਨਹੀਂ ਆਏ, ਅੱਜ ਆਏ ਨੇ, ਅਤੇ ਜੋ ਵੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਇਹਨਾਂ ਦੇ ਬਿਆਨ ਲਿਖ ਕੇ, ਅਤੇ ਜੋ ਵੀ ਬਿਆਨ ਦੇਣਗੇ ਜਿਨ੍ਹਾਂ ਜਿਨ੍ਹਾਂ ਦੇ ਵਿਰੁੱਧ ਦੇਣਗੇ, ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।